ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਹਿੱਸਾ ਰਹੀ ਗਦਰ ਪਾਰਟੀ ਦਾ ਇਤਿਹਾਸ ਹੁਣ ਅਮਰੀਕਾ ਦੇ ਬੱਚੇ ਵੀ ਪੜ੍ਹਨਗੇ ਪਾਰਟੀ ਦੇ 105 ਸਾਲ ਪੂਰੇ ਹੋਣ ਤੇ ਅਮਰੀਕਾ ਦੇ ਔਰਗਨ ਸੂਬੇ ਦੇ ਵਿੱਚ ਪ੍ਰਬੰਧਿਤ ਇੱਕ ਪ੍ਰੋਗਰਾਮ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਅਸਟੋਰੀਆ ਸ਼ਹਿਰ ਦੇ ਵਿੱਚ ਹੋਏ ਪ੍ਰੋਗਰਾਮ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਗਦਰ ਪਾਰਟੀ ਦਾ ਇਤਿਹਾਸ ਹੁਣ ਸਕੂਲਾਂ ਵਿੱਚ ਪੜਾਇਆ ਜਾਵੇਗਾ ਪ੍ਰੋਗਰਾਮ ਦਾ ਪ੍ਰਬੰਧ ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਸਟੋਰੀਆ ਨੇ ਕੀਤਾ ਸੀ ਗਦਰ ਪਾਰਟੀ ਸਮਰਾਜਵਾਦ ਦੇ ਖਿਲਾਫ ਹਥਿਆਰਬੰਦ ਸੰਘਰਸ਼ ਦਾ ਐਲਾਨ ਅਤੇ ਭਾਰਤ ਦੀ ਪੂਰੀ ਆਜ਼ਾਦੀ ਦੀ ਮੰਗ ਕਰਨ ਵਾਲੀ ਸਿਆਸੀ ਪਾਰਟੀ ਸੀ। ਇਹ ਪਾਰਟੀ ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੇ 1913 ਵਿੱਚ ਬਣਾਈ ਸੀ। ਪਾਰਟੀ ਦੇ ਸੰਸਥਾਪਕ ਸਰਦਾਰ ਸੋਹਣ ਸਿੰਘ ਪਖੜਾ ਸਨ। ਪਾਰਟੀ ਦਾ ਮੁੱਖ ਦਫ਼ਤਰ ਸੈਨ ਫ੍ਰਾਂਸਿਸਕੋ ਵਿੱਚ ਸੀ। ਇਸ ਪਾਰਟੀ ਦੇ ਪਿੱਛੇ ਲਾਲਾ ਹਰਦਿਆਲ ਦੀ ਸੋਚ ਸੀ ਜਿਨ੍ਹਾਂ ਨੂੰ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਆਜ਼ਾਦੀ ਅੰਦੋਲਨ ਨਾਲ ਜੁੜੀਆਂ ਗਤੀਵਿਧੀਆਂ ਚਲਾਉਣ ਦੇ ਇਲਜ਼ਾਮ ਵਿੱਚ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਸਨ। ਉੱਥੇ ਉਹਨਾਂ ਨੇ ਅਤੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਪਾਰਟੀ ਦੇ ਬਧੇਰੇ ਮੈਂਬਰ ਪੰਜਾਬ ਦੇ ਸਾਬਕਾ ਫੌਜੀ ਜਾਂ ਫਿਰ ਕਿਸਾਨ ਸਨ ਜੋ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਅਮਰੀਕਾ ਗਏ ਸਨ ਭਾਰਤ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਦੇ ਲਈ ਪਾਰਟੀ ਨੇ ਹਿੰਦੀ ਅਤੇ ਉਰਦੂ ਵਿੱਚ ਗਦਰ ਨਾਮ ਦਾ ਅਖਬਾਰ ਵੀ ਕੱਢਿਆ ਸੀ ਉਹ ਇਸ ਨੂੰ ਵਿਦੇਸ਼ ਵਿੱਚ ਰਹਿੰਦੇ ਭਾਰਤੀ ਲੋਕਾਂ ਨੂੰ ਭੇਜਦੇ ਸਨ ਸਾਲ 1914 ਵਿੱਚ 376 ਭਾਰਤੀ ਅਕਾਲ ਅਤੇ ਅੰਗਰੇਜ਼ੀ ਹਕੂਮਤ ਤੋਂ ਤੰਗ ਆ ਕੇ ਰੋਜ਼ਗਾਰ ਦੀ ਪਾਲ ਵਿੱਚ ਕੋਮਗਾਟਾ ਮਾਰੂ ਜਹਾਜ਼ ਵਿੱਚ ਕੈਨੇਡਾ ਜਾ ਰਹੇ ਸਨ ਜਹਾਜ਼ ਨੂੰ ਗਦਰ ਪਾਰਟੀ ਨਾਲ ਜੁੜੇ ਬਾਬਾ ਗੁਰਦਿੱਤ ਸਿੰਘ ਨੇ ਕਿਰਾਏ ਤੇ ਲਿਆ ਹੋਇਆ ਸੀ ਉਸ ਵੇਲੇ ਕੈਨੇਡਾ ਵਿੱਚ ਪ੍ਰਵਾਸੀਆਂ ਲਈ ਕਾਨੂੰਨ ਸਖਤ ਕੀਤੇ ਜਾ ਰਹੇ ਸਨ ਇਹ ਅੰਗਰੇਜ਼ੀ ਹਕੂਮਤ ਦੇ ਕਹਿਣ ਤੇ ਪੜਾਈ ਜਾ ਰਹੇ ਸਨ ਕੋਮਗਾਟਾ ਮਾਰੂ ਦੇ ਵਿੱਚ ਸਵਾਰ 376 ਭਾਰਤੀ ਮਸਾਫਰਾਂ ਵਿੱਚੋਂ ਸਿਰਫ 24 ਨੂੰ ਕੈਨੇਡਾ ਸਰਕਾਰ ਨੇ ਵੈਨਕੂਵਰ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਗਦਰ ਪਾਰਟੀ ਦੇ ਦਬਾਅ ਦੇ ਬਾਵਜੂਦ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਕ੍ਰਿਪ 6 ਮਹੀਨੇ ਸਮੁੰਦਰ ਵਿੱਚ ਘੁੰਮਣ ਤੋਂ ਬਾਅਦ ਇਹ ਜਹਾਜ਼ ਕੋਲਕਾਤਾ ਵਿੱਚ ਬਜਬਜ ਮੰਦਰਗਾ ਪਹੁੰਚਿਆ ਕੋਲਕਾਤਾ ਪਹੁੰਚਣ ਤੋਂ ਬਾਅਦ ਜਹਾਜ਼ 'ਤੇ ਸਵਾਰ ਲੋਕਾਂ ਨੂੰ ਪੰਜਾਬ ਵਾਪਸ ਜਾਣ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਖੁਨਾ ਨੇ ਇਨਕਾਰ ਕਰ ਦਿੱਤਾ 29 ਦਸੰਬਰ 1914 ਨੂੰ ਆਪਾ ਗੁਰਦਿੱਤਾ ਸਿੰਘ ਅਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਹਾਜ਼ 'ਤੇ ਪੁਲਿਸ ਭੇਜੀ ਗਈ ਪਰ ਜਹਾਜ਼ 'ਤੇ ਸਵਾਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਹਿਲੀ ਵਿਸ਼ਵ ਜੰਗ ਵਿੱਚ ਉਲਝੀ ਅਤੇ ਗਦਰ ਪਾਰਟੀ ਦੀਆਂ ਯੋਜਨਾਵਾਂ ਤੋਂ ਪਰੇਸ਼ਾਨ ਅੰਗਰੇਜ਼ ਸਰਕਾਰ ਨੇ ਯਾਤਰੀਆਂ ਤੇ ਗੋਲੀਆਂ ਚਲਾਈਆਂ ਜਿਸ ਵਿੱਚ 15 ਯਾਤਰੀ ਮਾਰੇ ਗਏ ਸਨ ਹਾਲਾਂਕਿ ਬਾਬਾ ਗੁਰਦੇਤਾ ਸਿੰਘ ਕਈ ਹੋਰ ਲੋਕਾਂ ਦੇ ਨਾਲ ਭੱਜ ਗਏ ਅਤੇ ਬਾਕੀ ਯਾਤਰੀਆਂ ਨੂੰ ਵਾਪਸ ਪੰਜਾਬ ਪੇ ਦਿੱਤਾ ਗਿਆ ਇਸੇ ਘਟਨਾ ਤੋਂ ਬਾਅਦ ਭਾਰਤ ਵਿੱਚ ਗਦਰ ਅੰਦੋਲਨ ਦੀ ਸ਼ੁਰੂਆਤ ਹੋਈ ਪਾਰਟੀ ਦਾ ਉਦੇਸ਼ ਅੰਗਰੇਜ਼ੀ ਹਕੂਮਤ ਦੇ ਖਿਲਾਫ ਵਿਦਰੋਹ ਕਰਨ ਅਤੇ ਉਹਨਾਂ ਦੇ ਕਤਲਦਾਸੀ 오ਰੇਗਨ ਸੂਬੇ ਦੇ ਇਤਿਹਾਸਕ ਸ਼ਹਿਰ ਆਸਟ੍ਰੇਲੀਆ ਦੇ ਵਿੱਚ ਕੁਝ ਭਾਰਤੀ ਅਮਰੀਕੀ ਪਰਿਵਾਰ ਹਨ ਪਰ ਅਧਿਕਾਰਿਕ ਰਿਕਾਰਡ ਮੁਤਾਬਕ 1910 ਵਿੱਚ 70 ਹਿੰਦੂ ਇੱਥੇ ਆਏ ਸਨ ਜਿਨ੍ਹਾਂ ਵਿੱਚੋਂ ਵਧੇਰੇ ਪੰਜਾਬ ਦੇ ਸਿੱਖ ਸਨ ਇਹ ਭਾਰਤੀ ਇੱਥੇ ਲੱਕੜ ਕੱਟਣ ਵਾਲੀਆਂ ਸਥਾਨਕ ਕੰਪਨੀਆਂ ਵਿੱਚ ਬਤੌਰ ਮਜ਼ਦੂਰ ਸਨ ਇਨਾ ਭਾਰਤੀਆਂ ਦੇ ਪਰਿਵਾਰਕ ਮੈਂਬਰ ਐਤਵਾਰ ਨੂੰ ਗਦਰ ਪਾਰਟੀ ਦੇ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਇਕੱਠੇ ਹੋਏ ਸਨ ਔਰੇਗਨ ਦੇ ਆਟਾਰਨੀ ਜਰਨਲ ਐਨ ਐਲ ਐਫ ਰੈਜ਼ਨ ਬਲਮ ਨੇ ਕਿਹਾ ਹੈ ਕਿ 105 ਸਾਲ ਪਹਿਲਾਂ ਹੋਂਦ ਵਿੱਚ ਆਈ ਗਦਰ ਪਾਰਟੀ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਬਣੇਗੀ ਔਰੇਗਨ ਦੇ ਗਵਰਨਰ ਕੈਟ ਬ੍ਰਾਊਨ ਨੇ ਕਿਹਾ ਹੈ ਕਿ ਇੱਕ ਸਦੀ ਪਹਿਲਾਂ ਭਾਰਤ ਅਤੇ ਪੱਛਮ ਵਿੱਚ ਗਦਰ ਪਾਰਟੀ ਨੇ ਵੱਡੀ ਪਲਾਂਕ ਪੁੱਟਦਿਆਂ ਭਾਰਤ ਵਿੱਚ ਬਰਤਾਨਵੀਂ ਸ਼ਾਸਨ ਤੋਂ ਆਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ ਅਤੇ ਉਹ ਹੁਣ ਸਕੂਲੀ ਬੱਚਿਆਂ ਨੂੰ ਅਮਰੀਕਾ ਵਿੱਚ ਪੜਾਇਆ ਜਾਵੇਗਾ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ